ਦੋਸਤੋ ਪੰਜਾਬ ਦੀ ਨਵੀਂ ਨਵੀਂ ਜੌਬਸ ਅਪਡੇਟ ਲੈਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ PSPCL ਯਾਨੀ ਪੰਜਾਬ ਬਿਜਲੀ ਬੋਰਡ ਵਿੱਚ ਆਈ ਜੌਬ ਰਿਕਰੂਟਮੈਂਟ ਦੀ। ਇਹ ਸਭ ਤੋਂ ਪਹਿਲਾਂ ਇੱਥੇ ਇਹਨਾਂ ਨੇ ਕੀ ਮੈਂਸ਼ਨ ਕੀਤਾ ਹੋਇਆ, ਔਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ ਕੀ ਹੋਵੇਗੀ, ਸਟਾਰਟ ਕਦੋਂ ਤੋਂ ਹੋਈ, 31/7/2022 ਤੋਂ ਇਹ ਸਟਾਰਟ ਹੋਈ ਜਾਂਦਾ ਅਤੇ ਲਾਸਟ ਜਿਹੜੀ ਹੋਵੇਗੀ ਆਖਰੀ ਮਿਤੀ ਕਦੋਂ ਹੋਵੇਗੀ, 29/28/2022 ਤੱਕ ਆਪਾਂ ਇਸਦੀ ਲਾਸਟ ਡੇਟ ਅਪਲਾਈ ਕਰ ਸਕਦੇ ਹਾਂ। ਠੀਕ ਹੈ, ਮਤਲਬ ਕਿ ਫੀਸ ਵੀ 29/28 ਤੋਂ ਪਹਿਲਾਂ ਪਹਿਲਾਂ ਆਪਾਂ ਜਮ੍ਹਾਂ ਕਰਾਉਣੀ ਅਤੇ ਆਪਣਾ ਐਪਲੀਕੇਸ਼ਨ ਫੋਰਮ ਵੀ। ਜੇ ਤੁਸੀਂ ਸਿੱਖਣਾ ਚਾਹੁੰਦੇ ਹੋ, ਤੁਸੀਂ ਔਨਲਾਈਨ ਘਰ ਬੈਠ ਕੇ ਮੋਬਾਈਲ 'ਤੇ ਇਸ ਪੋਸਟ ਨੂੰ ਕਿਵੇਂ ਅਪਲਾਈ ਕਰ ਸਕਦੇ ਹੋ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ, ਤਾਂ ਮੈਂ ਨੈਕਸਟ ਵੀਡੀਓ ਤੁਹਾਨੂੰ ਸਮਝਾ ਦਾਂਗਾ ਕਿ ਤੁਸੀਂ ਔਨਲਾਈਨ ਮੋਬਾਈਲ 'ਤੇ ਫ੍ਰੀ ਵਿੱਚ ਆਪ ਇਸ ਪੋਸਟ ਨੂੰ ਕਿਵੇਂ ਅਪਲਾਈ ਕਰ ਸਕਦੇ ਹੋ। ਓਕੇ, ਅਤੇ ਨੀਚੇ ਆਪਾਂ ਦੇਖ ਸਕਦੇ ਕੈਟੇਗਰੀ ਦੇ ਹਿਸਾਬ ਨਾਲ ਪੋਸਟਾਂ ਦੀ ਵੰਡ ਦਿੱਤੀ ਗਈ ਹੈ। ਟੋਟਲ ਪੋਸਟਾਂ ਦੀ ਗੱਲ ਕਰੀਏ 1690 ਪੋਸਟਾਂ ਨੇ। ਓਕੇ, ਅਤੇ ਇਸ ਤੋਂ ਬਾਅਦ ਹੋਰ ਮੇਨ ਮੇਨ ਗੱਲਾਂ ਤੁਹਾਨੂੰ ਮੈਂ ਇਸ ਵੀਡੀਓ ਥਰੂ ਦੱਸ ਦੇਣਾ, ਬਾਕੀ ਇਸ ਦਾ ਲਿੰਕ ਤੁਹਾਨੂੰ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗਾ, ਉੱਥੇ ਜਾ ਕੇ ਇਸ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਆਪਣੀ ਐਲੀਜੀਬਿਲਟੀ ਦੇ ਅਕੋਰਡਿੰਗ ਰੀਡ ਕਰਕੇ ਫਿਰ ਇਸ ਫੋਰਮ ਨੂੰ ਅਪਲਾਈ ਜ਼ਰੂਰ ਕਰ ਦਿਓ। ਅਤੇ ਪੋਸਟਾਂ ਦੀ ਗੱਲ ਕਰੀਏ, ALM ਯਾਨੀ ਸਹਾਇਕ ਲਾਈਨਮੈਨ ਦੀ ਪੋਸਟਾਂ ਨੇ, ਟੋਟਲ ਪੋਸਟ ਕਿੰਨੀਆਂ 1690 ਪੋਸਟਾਂ ਨੇ। ਅਤੇ ਵਿੱਦਿਅਕ ਯੋਗਤਾ ਦੀ ਗੱਲ ਕਰੀਏ, 10ਵੀਂ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ, ਮਤਲਬ ਕਿ 10ਵੀਂ ਦੇ ਲੈਵਲ ਦਾ ਕੋਈ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ, ਮਤਲਬ ਕਿ 10ਵੀਂ ਪਾਸ ਹੀ ਹੋਣੇ ਚਾਹੀਦੇ ਹੋ ਲਗਭਗ ਹਰ ਕੈਂਡੀਡੇਟ ਹੁੰਦਾ। ਇਸ ਤੋਂ ਇਲਾਵਾ ਲਾਈਨਮੈਨ ਟ੍ਰੇਡ ਵਿੱਚ ਰਾਸ਼ਟਰੀ ਸਿੱਖਿਆਰਥਣ ਸਰਟੀਫਿਕੇਟ ਯਾਨੀ NAC ਇਨ ਲਾਈਨਮੈਨ ਟ੍ਰੇਡ ਦੀ ਹੋਣੀ ਚਾਹੀਦੀ ਹੈ। ਅਤੇ ਇਸ ਤੋਂ ਇਲਾਵਾ ਜਿਨ੍ਹਾਂ ਉਮੀਦਵਾਰਾਂ ਕੋਲ ਉੱਚ ਸਿੱਖਿਆ ਭਾਵ ਇਲੈਕਟ੍ਰੀਕਲ ਇੰਜੀਨੀਅਰ ਵਗੈਰਾ ਡਿਗਰੀ ਜਾਂ ਡਿਪਲੋਮਾ ਕੀਤਾ ਹੈ, ਤਾਂ ਉਸ ਨੂੰ ਉਹਨਾਂ ਨੂੰ ਤਾਂ ਹੀ ਮੰਨਿਆ ਜਾਵੇਗਾ ਜੇਕਰ ਉਹਨਾਂ ਕੋਲ ਘੱਟੋ ਘੱਟ ਯੋਗਤਾ ਭਾਵ ਲਾਈਨਮੈਨ ਟ੍ਰੇਡ ਵਿੱਚ ਨੈਸ਼ਨਲ ਅਪ੍ਰੈਂਟਿਸ ਸਰਟੀਫਿਕੇਟ ਹੋਵੇਗਾ, ਮਤਲਬ ਕਿ NAC ਸਰਟੀਫਿਕੇਟ ਹੋਵੇਗਾ, ਤਾਂ ਹੀ 10ਵੀਂ ਦੇ ਨਾਲ NAC ਸਰਟੀਫਿਕੇਟ ਚਾਹੀਦਾ ਹੈ, ਤਾਂ ਹੀ ਅਪਲਾਈ ਕਰ ਸਕਣਗੇ। ਅਤੇ ਸਾਰੇ ਉਮੀਦਵਾਰ ਕੋਲ ਘੱਟੋ ਘੱਟ ਮੈਟ੍ਰਿਕ ਜਾਂ ਇਸ ਦੇ ਬਰਾਬਰ ਦੀ ਪੱਧਰੀ ਪੰਜਾਬੀ ਪਾਸ ਦਾ ਸਰਟੀਫਿਕੇਟ ਔਨਲਾਈਨ ਅਪਲਾਈ ਕਰਨ ਲਈ ਮਿਤੀ ਤੱਕ ਹੋਣਾ ਲਾਜ਼ਮੀ ਹੈ। 10ਵੀਂ ਵਿੱਚ ਹੀ ਪੰਜਾਬੀ ਸਬਜੈਕਟ ਹੈ, ਜਿਨ੍ਹਾਂ ਨੇ 10ਵੀਂ ਵਿੱਚ ਪੰਜਾਬੀ ਸਬਜੈਕਟ ਨਾਲ ਪਾਸ ਨਹੀਂ ਕੀਤੀ, ਉਹਨਾਂ ਵਾਸਤੇ ਐਕਸਟਰਾ ਸਬਜੈਕਟ ਦੀ ਜ਼ਰੂਰਤ ਹੈ ਪੰਜਾਬੀ ਦਾ। ਅਤੇ ਜਿਨ੍ਹਾਂ ਬੱਚਿਆਂ ਨੇ 10ਵੀਂ ਕਲਾਸ ਵਿੱਚ ਪੰਜਾਬੀ ਸਬਜੈਕਟ ਨਾਲ ਹੀ ਪਾਸ ਕੀਤੇ, ਉਹਨਾਂ ਨੂੰ ਇਸ ਚੀਜ਼ ਦੀ ਕੋਈ ਜ਼ਰੂਰਤ ਨਹੀਂ। ਠੀਕ ਹੈ, ਉਮਰ ਸੀਮਾ ਦੀ ਗੱਲ ਕਰੀਏ, ਇੱਥੇ ਏਜ ਲਿਮਿਟ 18 ਤੋਂ 37 ਸਾਲ ਦੀ ਏਜ ਲਿਮਿਟ ਰੱਖੀ ਗਈ ਹੈ। ਓਕੇ, ਜਿਵੇਂ ਕਿ SC ST ਦੀ ਵੀ ਇੱਥੇ ਛੋਟ ਦਿੱਤੀ ਗਈ ਹੈ, ਜਿਵੇਂ ਇੱਥੇ ਦੇਖ ਸਕਦੇ ਹਾਂ SC ਵਾਸਤੇ 5 ਸਾਲਾਂ ਦੀ ਐਕਸਟਰਾ ਛੋਟ ਹੈ, ਅਤੇ ਸਾਬਕਾ ਸੈਨਿਕ ਵਾਸਤੇ ਵੀ ਹੈ, ਅਤੇ ਫਿਜ਼ੀਕਲ ਹੈਂਡੀਕੈਪਟ ਵਾਸਤੇ ਵੀ ਹੈ। ਓਕੇ, ਅਤੇ ਇਹ ਧਿਆਨ ਨਾਲ ਇੱਕ ਵਾਰ ਤੁਸੀਂ ਪੜ੍ਹ ਲਿਓ। ਅਤੇ ਬਾਕੀ ਪ੍ਰੀਖਿਆ ਦੀ ਯੋਜਨਾ ਇੱਥੇ ਇਹਨਾਂ ਨੇ ਦੱਸੀ ਹੋਈ ਹੈ ਕਿ ਕਿੰਨੇ ਪ੍ਰਸ਼ਨ ਹੋਣਗੇ, ਇੱਥੇ ਸਿਲੇਬਸ ਦਿੱਤਾ ਹੋਇਆ, ਆਸਾਮੀ ਨਾਲ ਸੰਬੰਧਿਤ ਤਕਨੀਕੀ ਗਿਆਨ ਹੋਵੇਗਾ 50 ਨੰਬਰਾਂ ਦਾ, ਅਤੇ ਪੰਜਾਬੀ ਵਿਆਕਰਨ ਹੋਵੇਗੀ 20 ਨੰਬਰਾਂ ਦੀ, ਆਮ ਗਿਆਨ ਜਨਰਲ ਨੌਲੇਜ ਹੋਵੇਗੀ 10 ਨੰਬਰਾਂ ਦੀ, ਅਤੇ ਰੀਜ਼ਨਿੰਗ ਹੋਵੇਗੀ 10 ਨੰਬਰਾਂ ਦੀ, ਇਸ ਤੋਂ ਇਲਾਵਾ ਮੈਥ ਵੀ 10 ਨੰਬਰਾਂ ਦਾ। ਟੋਟਲ ਪੇਪਰ ਜਿਹੜਾ ਹੋਵੇਗਾ 100 ਨੰਬਰਾਂ ਦਾ ਪੇਪਰ ਹੋਵੇਗਾ।